ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ। ਇਹ ਜੋ ਬੇਨਤੀਆਂ ਨੇ, ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਉਸ ਨੂੰ ਲੈ ਕੇ ਹੈ। ਸਾਧ ਸੰਗਤ ਜੀ, ਤੁਸੀਂ ਚਮਕੀਲਾ ਮੂਵੀ ਦੇਖੀ ਹੋਣੀ ਹੈ, ਚਾਹੇ ਚਮਕੀਲਾ ਮੂਵੀ ਦੇਖੀ ਹੈ ਜਾਂ ਨਹੀਂ, ਪਰ ਚਮਕੀਲੇ ਦੇ ਬਾਰੇ ਤੁਸੀਂ ਜਾਣਦੇ ਜ਼ਰੂਰ ਹੋਵੋਗੇ। ਸਾਧ ਸੰਗਤ ਜੀ, ਚਮਕੀਲੇ ਮੂਵੀ ਦੇ ਵਿੱਚ ਇਹ ਦੱਸਿਆ ਗਿਆ ਕਿ ਖਾੜਕੂ ਸਿੰਘਾਂ ਦੁਆਰਾ ਚਮਕੀਲੇ ਦਾ ਕਤਲ ਕੀਤਾ ਗਿਆ। ਅਤੇ ਸਾਧ ਸੰਗਤ ਜੀ, ਇੱਕ ਚਮਕੀਲੇ ਦੇ ਨਾਲ ਰਹਿਣ ਵਾਲੇ ਸ਼ਖਸ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ। ਬਹੁਤ ਵੱਡੀ ਗੱਲ ਤੋਂ ਪਰਦਾ ਚੁੱਕਿਆ ਸਾਧ ਸੰਗਤ ਜੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਕਹਿਣ ਉੱਤੇ ਅਮਰ ਸਿੰਘ ਚਮਕੀਲੇ ਨੂੰ ਮਾਰਿਆ ਗਿਆ। ਸਾਧ ਸੰਗਤ ਜੀ, ਕਿਉਂਕਿ ਧਾਰਮਿਕ ਗਾਣੇ ਨਹੀਂ ਗਾਉਂਦਾ ਸੀ, ਬਹੁਤ ਹੀ ਲੱਚਰ ਗੀਤ ਗਾਉਂਦਾ ਸੀ, ਜਿਸ ਕਰਕੇ ਸਮਾਜ ਦੇ ਉੱਪਰ ਬੁਰਾ ਪ੍ਰਭਾਵ ਪੈਂਦਾ ਸੀ। ਅਤੇ ਸਾਧ ਸੰਗਤ ਜੀ, ਉਸ ਤੋਂ ਬਾਅਦ ਚਮਕੀਲੇ ਨੇ ਇੱਕ ਗੱਲ ਕਹੀ ਆਪਣੇ ਆਖਰੀ ਸਮੇਂ। ਉਹ ਕਿਹੜੀ ਗੱਲ ਕਹੀ, ਇਸੇ ਵਿਸ਼ੇ 'ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ, ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੇ ਰਸਨਾਂ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਚਮਕੀਲਾ ਮੂਵੀ ਦਿਲਜੀਤ ਦੀ ਆਈ ਹੈ ਅਤੇ ਲਗਭਗ 30-35 ਸਾਲਾਂ ਬਾਅਦ ਫਿਰ ਇਹ ਮੁੱਦਾ ਦੁਬਾਰਾ ਤੋਂ ਉੱਠ ਗਿਆ ਕਿ ਆਖਿਰਕਾਰ ਚਮਕੀਲੇ ਦਾ ਕਤਲ ਕੀਤਾ ਕਿਸਨੇ। ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਕੁਝ ਖਾੜਕੂ ਸਿੰਘ ਆਉਂਦੇ ਨੇ, ਚਮਕੀਲੇ ਨੂੰ ਧਮਕੀ ਦਿੰਦੇ ਨੇ ਕਿ ਚਮਕੀਲਿਆਂ ਤੋਂ ਗੰਦੇ ਗਾਣੇ ਗਾਉਣਾ ਹੈ, ਅਤੇ ਉਸਨੂੰ ਬੰਦੂਕ ਵੀ ਦਿਖਾਉਂਦੇ ਨੇ। ਅਤੇ ਸਿੱਧੇ ਤੌਰ 'ਤੇ ਇਹ ਵੀ ਦਿਖਾਇਆ ਗਿਆ ਹੈ ਕਿ ਖਾੜਕੂ ਸਿੰਘਾਂ ਨੇ ਚਮਕੀਲੇ ਦਾ ਕਤਲ ਕੀਤਾ। ਅਤੇ ਸਾਧ ਸੰਗਤ ਜੀ, ਜੋ ਖਾੜਕੂਵਾਦ ਹੋਇਆ ਹੈ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਸਮੇਂ 'ਚ ਹੋਇਆ ਹੈ। ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਕਹਿਣ ਦੇ ਉੱਪਰ ਚਮਕੀਲੇ ਦਾ ਕਤਲ ਕਰਵਾਇਆ? ਤਾਂ ਸਾਧ ਸੰਗਤ ਜੀ, ਦੱਸ ਦਈਏ ਕਿ ਜੋ ਸਿੰਘ ਹੁੰਦੇ ਆ ਨਾ, ਕਦੇ ਵੀ ਨਿਹੱਥੇ ਦੇ ਉੱਪਰ ਅਤੇ ਔਰਤ ਦੇ ਉੱਪਰ ਵਾਰ ਨਹੀਂ ਕਰਦੇ। ਉਹਨਾਂ ਸਮਿਆਂ ਦੇ ਵਿੱਚ ਸਰਕਾਰਾਂ, ਜੋ ਕਿ ਖਾੜਕੂ ਸਿੰਘਾਂ ਦੇ ਭੇਸ ਦੇ ਵਿੱਚ ਬਹੁਤ ਸਾਰੇ ਗਲਤ ਕੰਮ ਕਰਵਾਉਂਦੀਆਂ ਹੁੰਦੀਆਂ ਸੀ, ਖਾੜਕੂ ਸਿੰਘਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਬਦਨਾਮ ਕੀਤਾ ਜਾਂਦਾ ਸੀ। ਇਸ ਕਰਕੇ ਸਾਧ ਸੰਗਤ ਜੀ, ਚਮਕੀਲੇ ਨੂੰ ਮਾਰਨ ਦੇ ਵਿੱਚ ਖਾੜਕੂ ਸਿੰਘਾਂ ਦਾ ਕੋਈ ਹੱਥ ਨਹੀਂ। ਸੋ ਸਾਧ ਸੰਗਤ ਜੀ, ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।